लो सज्जनों, एक ना जिहड़े अपने ना चैनल दे नाल बहुत सारे नवे व्यूअर जुड़े हुए आ, जिहड़े मतलब घोड़िया का शौकीन बड़े आ जां घोड़ा नवा लैना चाहुंदे आ, पर ना एक जिहड़ी चीज़ लिख के पाउंदे हुंदे आ, इह सवाल बड़ा आ जांदा कि यार आ घोड़ा थोड़ा लिखिया 62 इंच आ, 63 इंच लिखिया जी, 64 लिखिया, 65 लिखिया, कोई 70 लिखी जांदा, बई इह की हुंदा, इह कद किवें मिणिया जांदा? इह च वी मिण दे कई फार्मूले आ, हरेक का आपदा आपदा हिसाब किताब बनाया होया। असल दे विच कद कित्थों मिणिया जांदा, किहड़े घोड़े नूं 62 इंच कहा जांदा, किहड़े नूं 63 इंच कहा जांदा, किवें मिणिया जांदा, कई तरह दीआं मिणतियां ते कई तरह दे फार्मूले आ। सरपंच साहब मुताबक किहड़ा फार्मूला सही आ, जिहड़ा ऐन जिहनूं आपां फट्टी वाला कद कहिंदे आ, वी 63 इंच आ जी, 64 इंच आ, 65 इंच आ, वी उह किवें मिणिया जांदा? आ जाओ आपां तुहानूं मिण के दिखाउंदे आ कद। सरपंच साहब दस्यो जी, पहला तो दस्यो भी ये की आ, स्केल के की चीज़ है? इंपोर्टेड स्टिक आ बई जी, जी वाटर स्केल लग्या जी उपर जी, आ देखो जी, ठीक है जी, ये लॉक पै, हाँ इतने लॉक पैना एदा जी, जिन्ना घोड़े के हिसाब ना आपू थले आना, ठीक है जी, ठीक है, थोड़ा ज्यादा लॉक च प्रॉब्लम है, मैं पता, मैं उस हिसाब न फड़ लेना जी, हाँ जी, ठीक है जी, जी। ते वाटर स्केल कई घर हुण तुसी इत्थे भी रख सकदे हो जी, ये भी टेढ़ा हो सकता जी, आ वाटर स्केल ने थोनू दसना भी तुसी सही हो, भी आपा जमा सीधा लाया, हाँ जी जी। ते दूसरी सब तो वड्डी गल बई जी, हुण दिक्कत जिहड़ी आउंदी आ, एक तो पैर बराबर ने जी, उस तो बाद हुण इत्थे देखो मैं इधर दी आना जी, कोई तो इत्थे ला लैंदा जी, कोई इत्थे ला लैंदा, मेरा घोड़ा तां जी इन्ना जी, ਇਹਦਾ ਹੁਣ ਹੱਲ, ਹੁਣ ਗਰਦਨ ਤੋਂ ਉੱਪਰ ਨੂੰ ਜਾਈ ਜਾਣੀ ਆ ਜੀ, ਇੰਚ ਦਾ ਵੀ ਫਰਕ ਪੈਂਦਾ ਤਾਂ ਉਹ ਦਿੱਕਤ ਆ ਗਈ ਨਾ ਜੀ। ਹੁਣ ਤੁਸੀਂ ਜਿਹੜਾ ਮੇਨ ਪੁਆਇੰਟ ਆ ਉਹ ਕਿਵੇਂ ਕੱਢੋਗੇ ਜੀ, ਉਹਦਾ ਹੱਲ ਮੈਂ ਤੁਹਾਨੂੰ ਦੱਸਦਾ ਜੀ। ਆ ਲਿਆਈ ਸਰਵਣ, ਇੱਕ ਹੱਥ ਥੋੜ੍ਹਾ ਜਿਹਾ ਲਿਆ, ਹਾਂ ਦੋ, ਇੱਕ ਹੱਥ ਜੱਡ ਕੱਢ ਲਿਆ ਕਰ, ਦੋ ਵਾਰ ਖਵਾਉਣਾ, ਇੱਦੂ ਵੀ ਘਟਾ ਲਾ ਜਿਹੜਾ ਆਰਾਮ ਨਾਲ ਖਾਵੇ ਘੋੜੀ, ਇੱਕ ਹੱਥ 'ਚ ਇੰਨਾ ਕੁ ਆ ਲੈ, ਆਹ ਫੜ ਇਹਨੂੰ ਜਾਂ ਮੈਂ ਫੜਦਾ ਕੋਈ ਨਹੀਂ, ਆਹ ਦੇਖੋ ਜੀ, ਲੈ ਪੁੱਤ ਥੱਲੇ, ਤੁਸੀਂ ਨਾ ਵੀਡੀਓ ਬਣਾਇਓ ਜੀ ਘੋੜੀ ਦੀ, ਤੂੰ ਪਿੱਛੇ ਹੋ ਜਾ, ਲੈ ਪੁੱਤ ਲੈ, ਆਹ ਦੇਖੋ ਜੀ, ਘੋੜੀ ਥੱਲੇ ਹੋ ਗਈ ਨਾ ਜੀ, ਹੁਣ ਇਹ ਕਿਹੜਾ ਪੁਆਇੰਟ ਆ ਤੁਸੀਂ ਹੱਥ ਲਾ ਕੇ ਦੇਖਿਓ ਦੁਬਾਰਾ, ਹਾਂ ਜੀ ਹਾਂ ਜੀ ਮੈਂ ਸਮਝ ਗਿਆ, ਮੈਂ ਫੇਰ ਬਣਾਉਂ, ਹਾਂ ਦੇਖੋ ਇਹ ਆ ਵੀ ਜਦੋਂ ਜਾਨਵਰ ਕੁਝ ਖਾਂਦਾ ਇਹਨੂੰ ਬਰਾਬਰ ਕਢਾਓ, ਪਹਿਲਾਂ ਤਾਂ ਅੱਗੇ ਕਰ ਪੁੱਤ ਪੈਰ, ਬਾ ਪਿੱਛੇ ਹੱਟ, ਚੱਲ ਪਿੱਛੇ ਪਿੱਛੇ, ਬਸ ਉਸ ਤੋਂ ਬਾਅਦ ਜੀ ਆਹ ਦੇਖੋ, ਹੁਣ ਤੁਸੀਂ ਦੇਖੋ ਇਹ ਇਸ ਥਾਂ ਤੇ ਆ ਗਿਆ ਜੀ, ਹਾਂ ਆਹ ਇਹਦਾ ਮੇਨ ਪੁਆਇੰਟ ਆ ਜੀ, ਇੱਥੇ ਲੱਗਣਾ, ਆਹ ਇਹਦਾ ਮੇਨ ਪੁਆਇੰਟ ਆ ਵੀ ਜਦੋਂ ਆਪਾਂ ਕਿਸੇ ਵੀ ਜਾਨਵਰ ਨੀਵੀਂ ਪਾਉਂਦਾ ਹਾਂਜੀ, ਤਾਂ ਉਹਦਾ ਧੌਣ ਦਾ ਜਿਹੜਾ ਸਭ ਤੋਂ ਉੱਚਾ ਥਾਂ ਬਚ ਜਾਂਦਾ, ਉਹਨੂੰ ਆਪਾਂ ਉੱਥੇ ਮਿਲਣਾ, ਉਹ ਹੁਣ ਦੁਬਾਰੇ ਆਪਾਂ ਨਾ ਘੋੜੀ ਦੇ ਪੈਰ ਸਹੀ ਨੇ ਜੀ, ਜੀ ਬਿਲਕੁਲ ਥੱਲੇ ਘਾਹ ਕਰ ਲਈ, ਜਦੋਂ ਮੈਂ ਕਹੂੰ ਰੁਕ ਜਾ, ਕਰੋ ਜੀ ਥੱਲੇ ਨੀਵਾਂ 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 ਹੋਰ ਨੀਵਾਂ ਦੁਬਾਰੇ, ਹਾਂ ਦੁਬਾਰੇ ਕਰ, ਥੱਲੇ ਰੱਖ ਘਾਹ ਨੀਵਾਂ, ਬਸ ਇੱਥੇ ਆਹ ਦੇਖੋ ਜੀ, ਵਾਟਰ ਸਕੇਲ ਸੈੱਟ ਕਰਨਾ ਮੈਂ, ਇਹ ਛੱਡੋ ਇਹ ਆਹ, ਬਸ ਸਹੀ ਆਹ ਜੀ, ਠੀਕ ਹੈ ਜੀ, ਇਹਨੂੰ 62 ਪਲੱਸ ਆਪਾਂ ਇਹਨੂੰ ਕਹਿ ਸਕਦੇ ਹਾਂ, ਪ੍ਰੋਪਰ 62 ਜੀ, ਆਹ ਦੇਖੋ ਇਹ ਉੱਧਰ ਵੀ ਲੱਗੀ ਆ, ਵਾਟਰ ਸਕੇਲ ਵੀ ਸਹੀ ਆ ਜੀ, ਆਹ 62 ਦਾ ਨਿਸ਼ਾਨ ਆ ਗਿਆ ਜੀ ਜੀ, ਇਹ 62 ਹੈ ਸਿੱਕ ਵਾਲੀ, ਅਤੇ ਜੇ ਮੈਂ ਉਸ ਤਰ੍ਹਾਂ ਮਿਲਣੀ ਹੋਵੇ ਤਾਂ ਮੈਂ ਇਹਨੂੰ 63 ਹੁਣੇ ਹੀ ਕਰ ਦਿੰਦਾ ਜੀ, ਇਹ ਸਟਿੱਕ ਵਾਲੀ 62 ਘੋੜੀ ਹੈ। ਕਹਿਣ ਤੋਂ ਭਾਵ ਇਹ ਆ ਵੀ ਦਰਸ਼ਕੋ, ਜਿਵੇਂ ਤੁਸੀਂ ਨਵਾਂ ਜਾਨਵਰ ਖਰੀਦਣਾ ਹਾਂਜੀ, ਤਾਂ ਉਹਦਾ ਕੱਦ ਮਿਣਨ ਵੇਲੇ ਜਦੋਂ ਕੋਈ ਬੰਦਾ ਤੁਹਾਨੂੰ ਕਹਿੰਦਾ ਕਿ ਇਹਦਾ ਕੱਦ ਆ, ਬੇਸ਼ੱਕ ਆਪਣੇ ਕੋਲ ਸਟਿੱਕ ਹੈ ਨਹੀਂ ਤਾਂ ਐਂਚੀ ਟੇਪ ਵੀ ਲਾਉਣਾ, ਐਂਚੀ ਟੇਪ 'ਚ ਵੀ 1.5 ਇੰਚ ਕੱਦ ਆਰਾਮ ਨਾਲ ਬਣ ਜਾਂਦਾ, ਵੀ ਮਾੜਾ ਜਿਹਾ ਥੱਲਿਓਂ ਵਿੰਗਾ ਹੋ ਗਿਆ, ਮਾੜਾ ਜਿਹਾ ਥੱਲੇ ਨੀਵੇਂ ਥਾਂ ਲਾ ਲਿਆ, ਪ੍ਰੋਪਰ ਵੇ ਤਾਂ ਨਾਲ ਨੂੰ, ਪ੍ਰੋਪਰ ਵੇ ਤਾਂ ਇਹੀ ਆ, ਲੱਤਾਂ ਨਾ ਵਿੰਗੀਆਂ ਕਰੇ ਉਸ ਟਾਈਮ ਘੋੜਾ, ਪੈਰ ਦੋਨੋਂ ਬਰਾਬਰ ਔਰ ਸਿੱਧੇ ਹੋਣ ਜੀ, ਤੇ ਗਰਦਨ ਥੱਲੇ ਕਰਕੇ ਜੀ ਸਹੀ ਮਿਣਤੀ ਤੁਸੀਂ ਫੇਰ ਕਰ ਸਕਦੇ ਹੋ, ਵੀ ਗਰਦਨ ਥੱਲੇ ਹੋਣੀ ਚਾਹੀਦੀ। ਹਾਂਜੀ ਇਹ ਗੱਲ ਬਹੁਤ ਹੀ ਨੋਟ ਕਰਨ ਵਾਲੀ ਆ ਦਰਸ਼ਕੋ, ਵੀ ਜੇਕਰ ਤੁਸੀਂ ਕੱਦ ਮਿਣਨਾ ਤਾਂ ਤੁਸੀਂ ਉਹ ਜਾਨਵਰ ਦੇ ਥੱਲੇ ਨੀਵੀਂ ਪਵਾ ਕੇ ਜਿਹੜਾ ਸਭ ਤੋਂ ਉੱਚਾ ਪੁਆਇੰਟ ਬਚਦਾ ਉੱਥੇ ਸਕੇਲ ਲੱਗਦਾ, ਉਹ ਵੀ ਵਾਟਰ ਲੈਵਲ, ਹਾਂਜੀ ਪੈਰ ਵੀ ਵਾਟਰ ਲੈਵਲ ਦੇ ਵਿੱਚ ਹੋਣੇ ਚਾਹੀਦੇ ਜਿੱਥੇ ਮਤਲਬ ਸਟਿੱਕ ਲੱਗਦੀ, ਨਹੀਂ ਜੀ ਪੈਰ ਸਿੱਧੇ ਹੋਣੇ ਚਾਹੀਦੇ, ਹਾਂ ਪੈਰ ਵੀ ਸਿੱਧੇ ਹੋਣੇ ਚਾਹੀਦੇ, ਜਗ੍ਹਾ ਲੈਵਲ ਚਾਹੀਦੇ ਆ, ਇਹ ਨਹੀਂ ਹੋਵੇ ਇੱਕ ਪੈਰ ਅੱਗੇ ਇੱਕ ਪਿੱਛੇ ਜੀ, ਉਦਾਂ ਇੰਚ ਘੱਟ ਜੂਗੀ ਘੋੜੀ ਜੀ, ਦੋਨੋਂ ਪੈਰ ਬਰਾਬਰ ਹੋਣੇ ਚਾਹੀਦੇ, ਤੇ ਜਗ੍ਹਾ ਵੀ ਐਨ ਲੈਵਲ ਵਾਲੀ ਹੋਣੀ ਚਾਹੀਦੀ, ਹਾਂਜੀ ਜਿੱਥੇ ਲੱਗਣਾ ਵੀ ਪੈਰ ਵੀ ਉਸੇ ਥਾਂ ਤੇ ਖੜੇ ਆ ਤੇ ਘੋੜੀ ਵੀ ਉਸੇ ਥਾਂ ਤੇ ਖੜੀ ਆ, ਬਿਲਕੁਲ, ਤੇ ਫੇਰ ਜਾ ਕੇ ਜਦੋਂ ਐਨ ਫੱਟੀ ਲੱਗਦੀ ਆ ਬਿਲਕੁਲ, ਤੇ ਫਿਰ ਕਹਿੰਦੇ ਘੋਂ ਦੇ ਫੱਟੇ ਜਿਹੜੇ ਘੋੜੇ ਆ, ਹੁਣ ਇਹ ਘੋੜੀ ਨੂੰ ਪੂਰੇ
ਸਾਰੇ 64 ਪਲੱਸ ਹੀ ਕਹਿੰਦੇ ਆ ਜੀ ਹੁਣ ਸਟਿੱਕ ਦੇ ਨਾਲ ਦੇਖੋ ਪੂਰੀ ਬਾਟ ਤੇ ਆ ਗਈ ਹੈ ਹਾਂ ਇਹ ਬਹੁਤ ਵੱਡੀ ਗੱਲ ਆ ਪਰ ਸਟਿੱਕ ਵਾਲਾ ਬਾਟ ਬਾਈ ਜੀ ਆਮ ਨਹੀਂ ਹੁੰਦਾ ਸਟਿੱਕ ਵਾਲਾ ਬਾਟ ਸੋਹਣੀ ਹਾਈਟ ਹੁੰਦੀ ਹੈ ਹਾਂ ਬਹੁਤ ਵੱਡੀ ਹਾਈਟ ਹੁੰਦੀ ਹੈ ਹਾਂਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਦਰਸ਼ਕੋ ਤੁਹਾਨੂੰ ਇਹ ਜਾਣਕਾਰੀ ਕਿਹੋ ਜੀ ਲੱਗੀ ਸਰਪੰਚ ਸਾਹਿਬ ਦੇ ਜਾਨਵਰ ਕਿਹੋ ਜੇ ਲੱਗੇ अपना कमेंट बॉक्स के एक तो तुसी अपनी राय छड़ दिओ ते नाल दी नाल मतलब ना सरपंच साहब कोल घोड़िया नू सांभण दा बहुत ही चंगा तजर्बा बहुत ही चंगा तजर्बा जे कोई सज्जन भी ऐ हुंदा कि यार कोई गल नहीं जे कोई बंदा बड़ा लट्ठा बंदा जिवें आपां पिंडां वाले कह दिंदे उहने बड़ा बीबा बंदा गलबात बड़ी करन दा बड़ा तरीका भी जे किसी सज्जन नू कदे लोड होवे ना कोई राय लैनी आ ते बाई नू फोन कर लिओ नंबर तुहाडे कोले आ ਜਿਉਂਦੇ ਵਸਦੇ ਰਹੋ ਧੰਨਵਾਦ।